पूर्व सांसद अते जाप प्रमुख पप्पू यादव नू पुलिस ने मंगलवार सवेरे पटना दे मंदिर स्थित उसके घर तो गिरफ्तार किया है। पप्पू यादव सवेरे PMCH दे कोविड वार्ड दे विच भी गए सन। पप्पू यादव की गिरफ्तारी की खबर सुनदिया ही समर्थकों की भीड़ उन्हां दे रिहायश ते इकट्ठी होने लग गई, क्योंकि पप्पू यादव नू पहला उन्हां दे घर दे विच ही गिरफ्तार किया गया सी। पप्पू यादव सोमवार नू PMCH भी गए सन। पुलिस के अनुसार उन्हां उत्ते बिना इजाजत तो घूमण अते सरकारी काम दे विच रुकावट पाउण अते तालाबंदी दे नियमां दी उल्लंघना करन दे दोष लगे सन। हुण तुहानूं इह दस दिया कि आखिर पप्पू यादव ने इहो जिहा की कीता सी जिस दे कारण उहनां नूं सरकारी कामां दे विच रुकावट पाउण वाले दस्सिया गया। दस दईए कि पप्पू यादव जदों दा कोरोना दा इह काल शुरू होया है उदों तों ही लोकां दी मदद कर रहे हन। हस्पतालां दे विच जाके लोकां नूं ऑक्सीजन सिलेंडर मुहैया करवाउण दी कोशिश कर रहे हन अते वख-वख हस्पतालां दे विच जाके कोरोना पीड़ितां दी अपने वल्लों मदद करन दी कोशिश कर रहे हन। अते सिर्फ इन्ना ही नहीं, ओह अपने घर दे विच ही ग्राउंड फ्लोर दे उत्ते उहनां ने लंगर बनाउण दा सिस्टम कीता होया है अते उत्थे तों खाना बनवा के ओह पैकेट्स बनवा के वख-वख थावां ते भेज रहे हन लोड़वंदां नूं जिन्हां नूं इह समें दे दौरान भोजन दी लोड़ है उहनां नूं भोजन दित्ता जा रहा है। ਇਹ ਗਲਤੀਆਂ ਹਨ ਪੱਪੂ ਯਾਦਵ ਦੀਆਂ ਜਿਸ ਦੇ ਕਾਰਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਨਾਜਾਇਜ਼ ਹੈ? ਪੱਪੂ ਯਾਦਵ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਦੇ ਉੱਤੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਟਵੀਟ ਦੇ ਵਿੱਚ ਪੱਪੂ ਯਾਦਵ ਨੇ ਲਿਖਿਆ ਹੈ ਕਿ ਮੈਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਪਟਨਾ ਦੇ ਗਾਂਧੀ ਮੈਦਾਨ ਥਾਣੇ ਲਿਆਂਦਾ ਗਿਆ ਹੈ। ਇੱਕ ਹੋਰ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕੋਰੋਨਾ ਯੁੱਗ ਦੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਆਪਣੀ ਜਾਨ ਨੂੰ ਹਥੇਲੀ ਤੇ ਰੱਖਣਾ ਅਪਰਾਧ ਹੈ, ਇਸ ਲਈ ਮੈਂ ਅਪਰਾਧੀ ਹਾਂ। ਤੇ ਉਹਨਾਂ ਨੇ ਕਿਹਾ ਕਿ ਇਸ ਲਈ ਮੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਅਤੇ ਮੈਨੂੰ ਜੇਲ੍ਹ ਭੇਜੋ। ਇਸ ਦੇ ਨਾਲ ਹੀ ਪੱਪੂ ਯਾਦਵ ਦੀ ਇਹ ਬਿਆਨਬਾਜ਼ੀ ਵੀ ਆਈ ਹੈ ਕਿ ਪਰ ਮੈਂ ਝੁਕਾਂਗਾ ਨਹੀਂ ਅਤੇ ਨਾ ਹੀ ਮੈਂ ਰੁਕਾਂਗਾ, ਮੈਂ ਲੋਕਾਂ ਨੂੰ ਬਚਾਵਾਂਗਾ ਅਤੇ ਬੇਈਮਾਨੀ ਦਾ ਪਰਦਾ ਫਾਸ਼ ਕਰਾਂਗਾ। ਦੱਸ ਦਈਏ ਕਿ ਪੱਪੂ ਯਾਦਵ ਅਤੇ ਉਹਨਾਂ ਦੇ ਗਾਰਡ ਦੇ ਖਿਲਾਫ ਅਮਨੂਰ ਥਾਣੇ ਦੇ ਵਿੱਚ FIR ਦਰਜ ਕੀਤੀ ਗਈ ਹੈ। ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੱਪੂ ਯਾਦਵ ਨੂੰ ਕਾਫੀ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਹ ਧਮਕੀਆਂ ਉਦੋਂ ਤੋਂ ਮਿਲਣ ਲੱਗੀਆਂ ਜਦੋਂ ਪੱਪੂ ਯਾਦਵ ਨੇ ਇੱਕ BJP ਲੀਡਰ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਇਸ BJP ਲੀਡਰ ਦੀ ਨਿਗਰਾਨੀ ਦੇ ਹੇਠ ਕਿੰਨੀਆਂ ਹੀ ਐਂਬੂਲੈਂਸਾਂ ਹਨ ਅਤੇ ਉਹਨਾਂ ਐਂਬੂਲੈਂਸ ਨੂੰ ਕੰਮ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ। ਲੋਕ ਐਂਬੂਲੈਂਸ ਦੀ ਕਮੀ ਦੇ ਕਾਰਨ ਮਰ ਰਹੇ ਹਨ ਅਤੇ ਮਰੀਜ਼ਾਂ ਨੂੰ ਐਂਬੂਲੈਂਸ ਦੇ ਵਿੱਚ ਨਹੀਂ ਲਿਜਾਇਆ ਜਾ ਰਿਹਾ। ਪਰ ਫਿਰ ਵੀ ਇਸ ਲੀਡਰ ਦੀ ਨਿਗਰਾਨੀ ਦੇ ਹੇਠ ਕਿੰਨੀਆਂ ਹੀ ਐਂਬੂਲੈਂਸ ਹਨ ਜਿਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਇਹ ਖੁਲਾਸੇ ਕੀਤੇ ਸਨ ਪੱਪੂ ਯਾਦਵ ਨੇ, ਜਿਸ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਵਿਵਾਦਾਂ ਦੇ ਵਿੱਚ ਘਿਰ ਗਏ ਅਤੇ ਉਸ ਤੋਂ ਬਾਅਦ ਪੱਪੂ ਯਾਦਵ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆਉਣ ਲੱਗ ਗਈਆਂ। ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਹੋ ਪਾਇਆ ਕਿ ਉਹਨਾਂ ਨੂੰ ਇਹ ਧਮਕੀਆਂ ਕਿਸ ਨੇ ਦਿੱਤੀਆਂ ਹਨ ਜਾਂ ਫਿਰ ਕਿਉਂ ਦਿੱਤੀਆਂ ਹਨ। ਪਰ ਉਸ ਤੋਂ ਬਾਅਦ ਲਗਾਤਾਰ ਮਾਮਲਾ ਸਰਗਰਮ ਹੁੰਦਾ ਗਿਆ ਅਤੇ ਹੁਣ ਪੱਪੂ ਯਾਦਵ ਦੀ ਇਹ ਸੇਵਾ ਕਰਨ ਦੀ ਭਾਵਨਾ ਇੱਥੇ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਗ੍ਰਿਫਤਾਰ ਤੱਕ ਕਰ ਲਿੱਤਾ ਗਿਆ ਹੈ। ਹੁਣ ਪੂਰੇ ਮਾਮਲੇ ਨੂੰ ਦੇਖਦੇ ਹੋਏ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਹੈ? ਆਪਣੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਆਪਣੇ ਕਮੈਂਟ ਕੀ ਦੇਣਾ ਚਾਹੁੰਦੇ ਹੋ? ਆਪਣੇ ਵੱਲੋਂ ਆਪਣੇ ਕਮੈਂਟ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ।